हेलो, मेरा नाम करणवीर है। मैं 5th में पढ़ता हूँ। मेरे स्कूल का नाम जीडी गोयनका पब्लिक स्कूल है। शुरू से बहुत शौक था सिंगिंग करने का। सिंगिंग के साथ साथ मैं पढ़ाई में भी बहुत अच्छा हूँ, स्पोर्ट्स में भी बहुत अच्छा हूँ, और जितने भी फंक्शन होते हैं उसमें मैं फर्स्ट आता हूँ। मैं KKSD का बहुत धन्यवाद करता हूँ क्योंकि उन्होंने मुझे आगे बढ़ने का मौका दिया। ਸਤਿ ਸ਼੍ਰੀ ਅਕਾਲ ਜੀ। ਜੇ ਮੇਰਾ ਪੋਤਰਾ ਕਰਨਵੀਰ ਗਾਣਿਆਂ ਦੇ ਵਿੱਚ ਬਹੁਤ ਤਵੱਜੋ ਹੈ ਸੀ, ਸ਼ੁਰੂ ਤੋਂ ਹੀ ਬਹੁਤ ਤਵੱਜੋ ਰੱਖਦਾ ਗਾਣਿਆਂ ਦੀ। ਤੋ ਪਰਮਾਤਮਾ ਇਹਦੀ ਵੱਡੀ ਉਮਰ ਕਰੇ ਔਰ ਕਾਬਲ ਕਰੇ ਇਸਕੋ। ਵਾਹਿਗੁਰੂ ਗਾੜੀ ਅਰਦਾਸ ਕਰਦੇ ਹਾਂ ਬਹੁਤ ਅੱਗੇ ਜਾਵੇ, ਸੂਰਜ ਚੰਦਾ ਤਾਰਿਆਂ ਵਾਂਗੂ ਇਹਦਾ ਨਾਮ ਰੋਸ਼ਨ ਹੋ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਭੁਪਿੰਦਰ ਕੌਰ ਹੈ। ਮੇਰਾ ਬੇਟਾ ਕਰਨਵੀਰ ਨੂੰ ਸਿੰਗਿੰਗ ਦਾ ਬਹੁਤ ਸ਼ੌਂਕ ਸੀ ਅਤੇ ਇਸ ਵਜ੍ਹਾ ਨਾਲ ਉਹ ਕਿਸਮੇ ਕਿਤਨਾ ਦਮ ਦੇ ਸ਼ੋਅ ਵਿੱਚ ਵੀ ਗਿਆ, ਜਿਹਦੇ ਵਿੱਚ ਉਹਨੂੰ ਕਾਫੀ ਸਕਸੈਸ ਮਿਲੀ ਔਰ ਗ੍ਰੈਂਡ ਫਿਨਾਲੇ ਦੇ ਵਿੱਚ ਪਹੁੰਚ ਗਿਆ। ਕਰਨਵੀਰ ਨੂੰ ਬਚਪਨ ਤੋਂ ਹੀ ਸਿੰਗਿੰਗ ਦਾ ਬਹੁਤ ਸ਼ੌਂਕ ਸੀ। ਜਦੋਂ ਸਾਨੂੰ ਉਹਦੇ ਟੈਲੈਂਟ ਦਾ ਪਤਾ ਚੱਲਿਆ, ਅਸੀਂ ਉਹਨੂੰ ਬਹੁਤ ਸਪੋਰਟ ਕੀਤੀ, ਉਹਦੇ ਪਾਪਾ ਨੇ ਔਰ ਘਰ ਦੇ ਸਾਰੇ ਮੈਂਬਰਾਂ ਨੇ ਉਹਨੂੰ ਬਹੁਤ ਸਪੋਰਟ ਕੀਤੀ ਔਰ ਉਹਨੂੰ ਸਿੰਗਿੰਗ ਸਿਖਾਉਣ ਦੇ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ। ਬਚਪਨ ਤੋਂ ਵੀ ਸ਼ਰਾਰਤਾਂ ਦੇ ਨਾਲ ਨਾਲ ਇਹ ਸਪੋਰਟਸ ਦੇ ਵਿੱਚ ਵੀ ਇਹਨੂੰ ਕਾਫੀ ਸ਼ੌਂਕ ਸੀ। ਸਪੋਰਟਸ ਦੇ ਵਿੱਚ ਵੀ ਇਹਨੇ ਕਾਫੀ ਮੈਡਲਸ ਵਗੈਰਾ ਲਿੱਤੇ ਹੈ ਔਰ ਕਾਫੀ ਅੱਗੇ ਤੱਕ ਵੀ ਉਹਦੇ ਵਿੱਚ ਗਿਆ। ਅਸੀਂ ਆਸ਼ਾ ਕਰਦੇ ਹਾਂ ਕਿ ਸਾਡਾ ਬੇਟਾ ਗ੍ਰੈਂਡ ਫਿਨਾਲੇ ਜਿੱਤ ਗਿਆ ਹੈ ਔਰ ਸਾਡੇ ਪੇਰੈਂਟ ਆਪਣੇ ਪੇਰੈਂਟਸ ਦਾ ਔਰ ਆਪਣੇ ਸਕੂਲ ਦਾ ਨਾਮ ਰੋਸ਼ਨ ਕਰੇ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕਾਬਲ ਸਿੰਘ, ਮੈਂ ਕਰਮਵੀਰ ਦਾ ਫਾਦਰ ਹਾਂ। ਕਰਮਵੀਰ ਸਿੰਗਿੰਗ ਦੇ ਵਿੱਚ ਬਹੁਤ ਹੀ ਗੁੱਡ ਅਤੇ ਨਾਈਸ ਬੋਏ ਹੈ ਅਤੇ ਕਾਫੀ ਆਵਾਜ਼ ਵੀ ਉਸਦੀ ਕਾਫੀ ਵਧੀਆ ਹੈ ਅਤੇ ਕਾਫੀ ਟੈਲੈਂਟ ਰੱਖਦਾ ਹੈ ਉਹ ਬੱਚਾ ਅਤੇ ਕਾਫੀ ਅੱਗੇ ਤੱਕ ਜਾਏਗਾ। ਪੜ੍ਹਾਈ ਦੇ ਵਿੱਚ ਵੀ ਇਹ ਕਾਫੀ ਇੰਟੈਲੀਜੈਂਟ ਅਤੇ ਸਕੂਲ ਵੱਲੋਂ ਵੀ ਕਾਫੀ ਇਹਨੂੰ ਤਾਰੀਫ ਮਿਲਦੀ ਹੈ। ਸਕੂਲ ਦੇ ਵਿੱਚ ਵੀ ਜਿੰਨੇ ਕੰਪੀਟੀਸ਼ਨ ਹੁੰਦੇ ਨੇ ਅਤੇ ਪਾਰਟੀਸਪੇਟ ਕਰਦਾ ਹੈ ਅਤੇ ਉਹਦੇ ਵਿੱਚ ਵੀ ਕਾਫੀ ਮੈਡਲ ਅਤੇ ਪ੍ਰਾਈਜ਼ ਲੈ ਕੇ ਆਉਂਦਾ ਹੈ।
ਤੇ ਆਪਾਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਕਾਫੀ ਅੱਗੇ ਤੱਕ ਜਾਵੇ ਤੇ ਸਾਡਾ ਨਾਂ ਰੋਸ਼ਨ ਕਰੇ। KKHD ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਸ ਨੇ ਸਾਡੇ ਬੱਚੇ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਧੰਨਵਾਦ ਜੀ। ਹੈਲੋ, ਨਮਸਤੇ, ਮੈਂ ਪਲਕਪ੍ਰੀਤ ਕੌਰ ਕਰਨਵੀਰ ਸਿੰਘ ਕੀ ਕਜ਼ਨ ਸਿਸਟਰ, ਔਰ ਮੇਰੇ ਕੋ ਬਹੁਤ ਅੱਛਾ ਲੱਗ ਰਿਹਾ ਕਿ ਉਹ ਗ੍ਰੈਂਡ ਫਿਨਾਲੇ ਮੇਂ ਪਾਸ ਹੋ ਗਿਆ, ਔਰ ਮੇਰੇ ਕੋ ਬਹੁਤ ਪ੍ਰਾਊਡ ਵੀ ਫੀਲ ਹੋ ਰਿਹਾ ਕਿ ਉਹ ਇਤਨਾ ਅੱਛਾ ਗਾ ਰਿਹਾ ਹੈ। ਔਰ ਉਹ ਸ਼ਰਾਰਤੇ ਵੀ ਕਰਤਾ ਹੈ, ਬਟ ਜਿਤਨੀ ਉਹ ਸ਼ਰਾਰਤੇ ਕਰਤਾ ਹੈ ਉਤਨਾ ਹੀ ਉਹ ਅੱਛਾ ਗਾ ਰਿਹਾ ਹੈ। ਔਰ ਜਬ ਵੀ ਉਹ ਹਮਾਰੇ ਘਰ ਮੇਂ ਆਤਾ ਹੈ ਤੋ ਗਾਣੇ ਬੋਲਤੇ ਆਤਾ ਹੈ। ਹਮ ਇਸ ਸ਼ੋਅ ਕਾ ਬਹੁਤ ਥੈਂਕਫੁਲ ਕਰਤੇ ਹੈ ਕਿ ਉਹਨੇ ਹਮਾਰੇ ਮੇਰੇ ਭਾਈ ਕੋ ਆਗੇ ਬਣਨੇ ਕਾ ਮੌਕਾ ਦਿਆ, ਔਰ ਭਗਵਾਨ ਸੇ ਯਹੀ ਪ੍ਰਾਰਥਨਾ ਕਰਤੀ ਹੂੰ ਕਿ ਵੋ ਬਹੁਤ ਆਗੇ ਜਾਏ। ਥੈਂਕ ਯੂ। सारे सागा रेगा रेगा सारे सागा सारे सागा 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 रेगा रे सा सारे सागा रेगा सारे सागा रेगा रेगा सारे सागा 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 रेगा रे सा सागा पा सा नी नी सागा पा सा नी 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 रे मा रे नी धा धा ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮਨਪ੍ਰੀਤ ਮੀਕਾ ਹੈ ਔਰ ਕਰਨ ਮੇਰਾ ਸਟੂਡੈਂਟ ਹੈ ਔਰ ਮੇਰੇ ਕੋਲ ਸਿੱਖਦਾ ਇਹਨੂੰ ਤਿੰਨ ਤੋਂ ਮਹੀਨੇ ਜ਼ਿਆਦਾ ਹੋ ਗਏ, 3-4 ਮਹੀਨੇ ਹੋ ਗਏ ਇਹਨੂੰ, ਔਰ ਬਹੁਤ ਸੁਰੀਲਾ ਗਾਉਂਦਾ, ਵਧੀਆ ਗਾਉਂਦਾ ਹੈ, ਔਰ ਜਿਹੜੀ ਵੀ ਚੀਜ਼ ਇਹਨੂੰ ਮੈਂ ਦਿੰਦਾ ਇਹ ਜਲਦੀ ਪਿਕਅਪ ਕਰ ਲੈਂਦਾ, ਔਰ ਇਹੀ ਚੀਜ਼ ਮੈਨੂੰ ਇਹਦੀ ਸਭ ਤੋਂ ਬੈਸਟ ਲੱਗਦੀ ਹੈ, ਔਰ ਮੈਨੂੰ ਬੜੀ ਖੁਸ਼ੀ ਹੈ ਕਿ ਇਹ ਸ਼ੋਅ ਦੇ ਵਿੱਚ ਫਾਈਨਲ 'ਚ ਪਹੁੰਚਿਆ। ਆਈ ਹੋਪ ਕਿ ਫਾਈਨਲ ਨੂੰ ਜਿੱਤੇਗਾ ਵੀ। ਮੈਂ ਬੜਾ ਸ਼ੁਕਰਗੁਜ਼ਾਰ ਹਾਂ ਜੀ ਇਸ ਸ਼ੋਅ ਦਾ, ਕਿਸਮੇ ਕਿਤਨਾ ਦਮ ਜਿਹੜਾ ਸ਼ੋਅ ਚੱਲ ਰਿਹਾ ਹੈ, ਔਰ ਇਹਨਾਂ ਨੇ ਮੇਰੇ ਸਟੂਡੈਂਟ ਨੂੰ ਅੱਗੇ ਲੈ ਕੇ ਗਏ, ਔਰ ਮੈਂ ਇਹ ਉਮੀਦ ਕਰਦਾ ਕਿ ਇਹ ਸ਼ੋਅ ਨੂੰ ਜਿੱਤੇਗਾ, ਔਰ ਮੇਰਾ ਨਾਮ, ਆਪਣੇ ਮਾਂ ਪਿਓ ਦਾ ਨਾਮ, ਇਸ ਅਕੈਡਮੀ ਦਾ ਨਾਮ, ਸਰਸਵਤੀ ਮਿਊਜ਼ਿਕ ਅਕੈਡਮੀ ਦਾ ਨਾਮ ਰੋਸ਼ਨ ਕਰੇਗਾ ਜੀ। ਮੈਂ ਬਹੁਤ ਇੱਕ ਵਾਰ ਫਿਰ ਤੋਂ ਸ਼ੁਕਰਗੁਜ਼ਾਰ ਹਾਂ। ਨਮਸਕਾਰ, ਆਮ ਮਿਸਿਸ ਸ਼ੀਨਾ ਸ਼ਰਮਾ, ਪ੍ਰਿੰਸੀਪਲ ਜੀ ਡੀ ਗੋਇੰਕਾ ਅੰਮ੍ਰਿਤਸਰ। ਕਰਨ ਜੋ ਹੈ ਵੋ ਹਮਾਰੇ ਸਕੂਲ ਮੇਂ ਗ੍ਰੇਡ 5 ਕਾ ਸਟੂਡੈਂਟ ਹੈ, ਐਂਡ ਹੀ ਇਜ਼ ਮਲਟੀ ਟੈਲੈਂਟਿਡ ਚਾਈਲਡ ਐਂਡ ਅ ਵੈਰੀ ਸਿੰਸੀਅਰ ਚਾਈਲਡ ਇਨ ਹਿਸ ਸਟੱਡੀਜ਼ ਐਂਡ ਡੂਇੰਗ ਵੈਰੀ ਗੁੱਡ ਇਨ ਸਪੋਰਟਸ ਐਜ ਵੈਲ। ਵੀ ਰੀਸੈਂਟਲੀ ਉਸਨੇ ਕਿਸਮੇ ਕਿਤਨਾ ਹੈ ਦਮ ਕੇ ਗ੍ਰੈਂਡ ਫਿਨਾਲੇ ਮੇਂ ਪਹੁੰਚ ਕੇ ਸਕੂਲ ਕਾ ਨਾਮ ਬਹੁਤ ਆਗੇ ਲੈ ਕੇ ਗਿਆ ਹੈ ਵੋ, ਔਰ ਹਮ ਜੋ ਹੈ ਆਗੇ ਫਿਊਚਰ ਮੇਂ ਵੀ ਚਾਹਤੇ ਹੈ ਕਿ ਇਸ ਤਰ੍ਹਾਂ ਕੇ ਫੰਕਸ਼ਨਸ ਮੇਂ ਹਮਾਰੇ ਔਰ ਸਟੂਡੈਂਟਸ ਵੀ ਪਾਰਟੀਸਿਪੇਟ ਕਰਤੇ ਰਹੇਂ, ਐਂਡ ਆਈ ਐਮ ਵੈਰੀ ਥੈਂਕਫੁਲ ਟੂ ਕਿਸਮੇ ਕਿਤਨਾ ਹੈ ਦਮ ਕਿ ਉਹਨੇ ਇੱਕ ਐਸਾ ਪਲੇਟਫਾਰਮ ਇਹ ਬੱਚੋਂ ਕੇ ਲਈ ਕ੍ਰੀਏਟ ਕੀਆ ਕਿ ਬੱਚੇ ਜੋ ਹੈ ਆਪਣਾ ਜੋ ਵੀ ਇਹ ਟੈਲੈਂਟ ਹੈ ਅਪਾਰਟ ਫਰੋਮ ਸਟੱਡੀਜ਼ ਇਸਕੋ ਯੇ ਲੋਕ ਵਹਾਂ ਪੇ ਅੱਛੇ ਸੇ ਸ਼ੋਅ ਕਰ ਸਕਤੇ ਹੈ। ਆਈ ਵਿਸ਼ ਦ ਸ਼ੋਅ ਆਲ ਦ ਵੈਰੀ ਗੁੱਡ ਲੱਕ, ਕਿਸਮੇ ਕਿਤਨਾ ਹੈ ਦਮ ਕੋ ਹਮਾਰੀ ਤਰਫ ਸੇ ਬਹੁਤ ਬਹੁਤ ਸ਼ੁਭਕਾਮਨਾਏ, ਔਰ ਹਮ ਚਾਹਤੇ ਹੈ ਕਿ ਕਰਨਵੀਰ ਵੀ ਹਮਾਰੇ ਸਕੂਲ ਕੇ ਤਰਫ ਸੇ ਜੋ ਰਿਪ੍ਰੇਜ਼ੈਂਟ ਕਰ ਰਹਾ ਹੈ ਇਸ ਸ਼ੋਅ ਮੇਂ, ਵੋ ਵੀ ਜੋ ਹੈ ਸ਼ੋਅ ਮੇਂ ਸ਼ੋਅ ਕੋ ਜੀਤ ਕੇ ਆਏ ਔਰ ਹਮਾਰੇ ਸਕੂਲ ਕਾ ਨਾਮ ਰੋਸ਼ਨ ਕਰੇ।
I'm Dipali Gambhir, coordinator GD Goenka. I'm class teacher of Karan. He's very sensible child, he's very sweet, very polite to everyone. He's a good student and he has soulful voice, and I hope he'll do very good in future. I wish him all the best and I'm very thankful to Kisme Kitna Hai Dam. Unhone hamare school ke bachcho ko chance diya aur I hope show bahut badhega. Even hamare school ke bachche bhi hamare school ka naam roshan karenge aur pure Punjab ka naam roshan karenge. हेलो, मेरा नाम सुशील कुमार है. मैं जीडी गोयनका स्कूल में म्यूज़िक टीचर हूं और करण मेरा स्टूडेंट है और वो बहुत अच्छा गाता है और वो हमेशा सिंगिंग के बारे में बड़ा अपने सिंसियर है और आगे बहुत अच्छा गाएगा और बहुत आगे जाएगा. मेरी तो यही दुआ है कि वो आगे बढ़ता चले. इसमें कितना है दम शो का बहुत थैंक्स करते हैं कि इन्होंने हमारे बच्चों को प्लेटफॉर्म दिया. थैंक यू. मैं KKSD का बहुत धन्यवाद करता हूँ क्योंकि उन्होंने मुझे आगे बढ़ने का मौका दिया. मैं भगवान से प्रार्थना करता हूँ कि मैं बहुत आगे तक जाऊँ. थैंक यू KKSD.